ਬੁਲੇਟਿਨ ਦੇ ਵਿੱਚ ਕੁਝ ਵੱਡੀਆਂ ਖਬਰਾਂ ਘਟਨਾਵਾਂ ਤੇ ਵਾਰਦਾਤਾਂ ਦੇ ਨਾਲ ਜੁੜੀਆਂ ਹੋਈਆਂ ਨੇ ਸਭ ਤੋਂ ਪਹਿਲੀ ਖਬਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਮੂਰੇ ਤਿੰਨ ਦਿਨਾ ਮੋਰਚੇ ਦੀ ਸਮਾਪਤੀ ਤੋਂ ਬਾਅਦ ਪਿੰਡੂ ਤੇ ਖੇਤ ਜਥੇਬੰਦੀ ਦੇ ਦੋ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ ਅਵਤਾਰ ਸਿੰਘ ਤਾਰਾ ਪੁੱਤਰ ਸਵਰਨ ਸਿੰਘ ਉਮਰ 50 ਸਾਲ ਸੀ ਪੱਬਵਾ ਪਿੰਡ ਦੇ ਰਹਿਣ ਵਾਲੇ ਸੀ ਲੁਬਾਇਆ राम ਪੁੱਤਰ ਦਾਸਰਾਮ ਉਮਰ ਕਰੀਬ 65 ਸਾਲ ਸੀ ਇਹ ਬੁੰਡਾਲਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਸੀ ਹਾਦਸਾ ਕਰੀਬ 14 ਸਤੰਬਰ ਦੀ ਸ਼ਾਮ ਨੂੰ 8:30 ਤੋਂ 9 ਵਜੇ ਦੇ ਵਿੱਚ ਕਾਰ ਵਾਪਰਿਆ ਜਦੋਂ ਮੋਰਚੇ ਦੀ ਸਮਾਪਤੀ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਜਾ ਰਹੇ ਸੀ ਤਾਂ ਇਹਨਾਂ ਵਿੱਚੋਂ ਕੁਝ ਤਾਂ ਬੱਸਾਂ ਰਾਹੀਂ ਵਾਪਸ ਚਲੇ ਗਏ ਕੁਝ ਨੇ ਰੇਲ ਗੱਡੀ ਰਾਹੀਂ ਜਾਣ ਦਾ ਫੈਸਲਾ ਲਿਆ ਫਲੋਰ ਰੇਲਵੇ ਸਟੇਸ਼ਨ ਤੇ ਇਕੱਠੇ ਹੋਣ ਤੋਂ ਬਾਅਦ ਜਦੋਂ ਇਹ ਸਟੇਸ਼ਨ ਤੋਂ ਬਾਹਰ ਆਉਣ ਲੱਗੇ ਤਾਂ ਕੁਝ ਨੇ ਰੇਲਵੇ ਪਟੜੀ ਦੇ ਨਾਲ-ਨਾਲ ਤੁਰਨਾ ਸ਼ੁਰੂ ਕਰ ਦਿੱਤਾ ਤੇਜ਼ ਰਫ਼ਤਾਰ ਪਿੱਛੋਂ ਆ ਰਹੀ ਮਾਲ ਗੱਡੀ ਦੀ ਚਪੇਟ ਵਿੱਚ ਦੋਵੇਂ ਜਣੇ ਆ ਗਏ ਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਯੂਨੀਅਨ ਦੇ ਲੀਡਰਾਂ ਨੇ ਦੋਵਾਂ ਦੇ ਦੋਵਾਂ ਦੀ ਮੌਤ ਦੇ ਲਈ ਭਗਵੰਤ ਮਾਨ ਸਰਕਾਰ ਨੂੰ ਜ਼ਿੰ ਨੇ ਪਰਿਵਾਰ ਨੂੰ ਮੁਆਵਜ਼ਾ ਦੇਣ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ ਜੰਮੂ ਦੇ ਰੌਜਾਰੀ ਜ਼ਿਲ੍ਹੇ ਦੇ ਵਿੱਚ ਵੀ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਵੀਰਵਾਰ ਨੂੰ ਸੁਰਨਕੋਟ ਤੋਂ ਜੰਮੂ ਜਾ ਰਹੀ ਬੱਸ ਦੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ 7 ਲੋਕ ਮਾਰੇ ਗਏ ਇਹ ਹਾਦਸਾ ਡੇਰੀ ਰਲਿਓਟ ਇਲਾਕੇ ਦੇ ਵਿੱਚ ਉਸ ਵਕਤ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਬੱਸ ਦਾ ਸੰਤੁਲਨ ਗਵਾ ਦਿੱਤਾ ਮੰਝਾ ਕੋਟ ਦੇ ਤਹਿਸੀਲ ਜਵੇਦ ਚੌਧਰੀ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ ਸਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਹਾਹਾਕਾਰ ਮੱਚ ਗਈ ਸੀ ਯੂਪੀ ਦੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਨਾਲ ਜਿਹੜਾ ਵੱਡਾ ਕਤਲ ਕਾਂਡ ਵਾਪਰਿਆ ਸੀ ਉਸ ਤੋਂ ਬਾਅਦ ਹੁਣ ਇੱਕ ਵੱਡਾ ਹਾਦਸਾ ਵਾਪਰਿਆ ਹੈ ਵੱਡੀ ਘਟਨਾ ਵਾਪਰੀ ਹੈ ਜ਼ਿਲ੍ਹੇ ਦੇ ਇੱਕ ਦਲਿਤ ਪਰਿਵਾਰ ਦੀਆਂ ਦੋ ਸੱਕੀਆਂ ਨਵਾਲਗ ਭੈਣਾਂ ਦੀਆਂ ਲਾਸ਼ਾਂ ਰੁੱਖ ਨਾਲ ਲਟਕਦੀਆਂ ਮਿਲੀਆਂ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਪਰ ਨਾਲ ਹੀ ਇਹ ਵੀ ਕਿ ਹੈ ਕਿ ਕੁੜੀਆਂ ਨੂੰ ਅਗਵਾ ਕਰਨ ਜਾਂ ਫਿਰ ਜ਼ਬਰਦਸਤੀ ਲਜਾਣ ਦੇ ਦੋਸ਼ ਝੂਠੇ ਨੇ ਲਖੀਮਪੁਰ ਖੀਰੀ ਦੇ ਐਸਪੀ ਸੰਜੀਵ ਸੁਮਨ ਨੇ ਇਸ ਵੱਡੀ ਘਟਨਾ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਮੁਲਜ਼ਮ ਦੋਵੇਂ ਭੈਣਾਂ ਨੂੰ ਜ਼ਬਰਦਸਤੀ ਨਹੀਂ ਲੈ ਕੇ ਗਏ ਸਨ ਕਿਉਂਕਿ ਮੁੱਖ ਮੁਲਜ਼ਮ ਲੜਕਾ ਇਨ੍ਹਾਂ ਲੜਕੀਆਂ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ ਇਨ੍ਹਾਂ ਕੁੜੀਆਂ ਨੂੰ ਧੋਖੇ ਨਾਲ ਖੇਤ ਵਿੱਚ ਜ਼ਰੂਰ ਲਜਾਇਆ ਗਿਆ ਸੀ ਮੁੱਖ ਮੁਲਜ਼ਮ ਨੇ ਹੀ ਇਨ੍ਹਾਂ ਕੁੜੀਆਂ ਦੀ ਤਿੰਨ ਮੁੰਡਿਆਂ ਦੇ ਨਾਲ ਦੋਸਤੀ ਕਰਵਾਈ ਸੀ ਚਾਰਾਂ ਤੋਂ ਇਲਾਵਾ ਦੋ ਹੋਰਾਂ ਨੂੰ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜੇ 6 ਜਣੇ ਗ੍ਰਿਫਤਾਰ ਕੀਤੇ ਗਏ ਨੇ 4 ਜਣਾਂ ਤੋਂ ਬਿਨਾਂ ਜਿਹੜੇ 2 ਹੋਰ ਨੇ ਉਹਨਾਂ ਨੂੰ ਸਬੂਤ ਨਸ਼ਟ ਕਰਨ ਦੇ ਇਲਜ਼ਾਮ ਹੇਠ ਫੜਿਆ ਗਿਆ ਬੁੱਧਵਾਰ ਨੂੰ ਵਾਪਰੀ ਘਟਨਾ ਨਿਗਾਸਨ ਥਾਣੇ ਦੇ ਅਧੀਨ ਆਉਂਦੀ ਹੈ ਕੁੜੀਆਂ ਦੀ ਉਮਰ 15 ਸਾਲ ਤੇ 17 ਸਾਲ ਸੀ ਪੁਲਿਸ ਨੇ ਜਦੋਂ ਕਿਹਾ ਕਿ ਜ਼ਬਰਦਸਤੀ ਨਹੀਂ ਲਜਾਇਆ ਗਿਆ ਤਾਂ ਪਿੰਡ ਵਾਸੀ ਗੁੱਸੇ ਵਿੱਚ ਆ ਗਏ ਮੋਲਜਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਕਈ ਘੰਟੇ ਸੜਕ ਤੇ ਜਾਮ ਲਾਈ ਰੱਖਿਆ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਯੂਪੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਯੋਗਯਾ ਦਿੱਤਿਆ ਮੁੱਖ ਮੰਤਰੀ ਪਿਛਲੇ ਦਿਨੀ ਕਹਿ ਕੇ ਚੁੱਕੇ ਹੈ ਕਿ ਹਟੇ ਨੇ ਕਿ ਯੂਪੀ ਦੇ ਵਿੱਚ ਜੜੀਆਂ ਵਾਰਦਾਤਾ ਨੇ ਕੁੜੀਆਂ ਦੇ ਨਾਲ ਜਿਹੜੇ ਅਪਰਾਧ ਨੇ ਉਹ 0 ਫੀਸਦੀ ਨੇ ਯਾਨੀ ਕਿ ਬਿਲਕੁਲ ਹੀ ਖਤਮ ਹੋ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਮਾਇਆਵਤੀ ਅਤੇ ਕਾਂਗਰਸ ਲੀਡਰ ਪ੍ਰਿਆੰਕਾ ਗਾਂਧੀ ਨੇ ਇਸ ਘਟਨਾ ਨੂੰ ਸਰਕਾਰ ਦੀ ਅਸਫਲਤਾ ਦੱਸਿਆ ਹੈ ਲਖੀਮਪੁਰ ਖੀਰੀ ਦੇ ਜਿਸ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਉੱਥੋਂ ਦੇ ਸਥਾਨਕ ਲੋਕਾਂ ਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਤਿੰਨ ਲੋਕਾਂ ਨੇ ਪਹਿਲਾਂ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ ਤੇ ਬਾਅਦ ਵਿੱਚ ਕਤਲ ਕਰਕੇ ਲਾਸ਼ਾਂ ਨੂੰ ਰੁੱਖ ਤੇ ਟੰਗ ਦਿੱਤਾ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਲਾਸ਼ਾਂ ਕੁੜੀਆਂ ਦੇ ਦੁਪੱਟੇ ਦੇ ਨਾਲ ਹੀ ਲਟਕੀਆਂ ਸਨ ਪਰ ਉਹਨਾਂ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ ਬਾਕੀ ਗੱਲਾਂ ਦਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕੁੜੀਆਂ ਦੀ ਮਾਂ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੀਆਂ ਧੀਆਂ ਦਾ ਕਤਲ ਕੀਤਾ ਗਿਆ ਹੈ ਮਾਂ ਨੇ ਇਲਜ਼ਾਮ ਲਾਇਆ ਕਿ ਨਾਲ ਦੇ ਪਿੰਡ ਦੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਨੇ ਘਰ ਦੇ ਨਾਲ ਹੀ ਹਰਾਚਾਰਾ ਵੜ ਰਹੀਆਂ ਦੋਵੇਂ ਭੈਣਾਂ ਨੂੰ ਜ਼ਬਰਦਸਤੀ ਚੁੱਕ ਲਿਆ ਇਸ ਮਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਰਿਹਾ ਕਰਵਾਉਣ ਅਤੇ ਉਹਨਾਂ ਦਾ ਸਨਮਾਨ ਕਰਨ ਵਾਲਿਆਂ ਤੋਂ ਔਰਤਾਂ ਦੀ ਸੁਰੱਖਿਆ ਦੀ ਆਸ ਨਾ ਹੀ ਰੱਖੋ ਹਾਈਦਰਾਬਾਦ ਤੋਂ ਖਬਰ ਹੈ ਜਿੱਥੇ ਇੱਕ ਨਵਾਲਿਗ ਲੜਕੀ ਦੇ ਅਗਵਾ ਤੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਤੇਲੰਗਾਨਾ ਦੀ ਰਾਜ ਤਾਨੀ ਦੇ ਪੁਰਾਣੇ ਇਲਾਕੇ ਦੇ ਵਿੱਚ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਜਿਸ ਮੁਤਾਬਿਕ ਲੜਕੀ ਨੂੰ ਨਾਮਪल्ली ਦੇ ਇੱਕ ਲਾਂਚ ਦੇ ਵਿੱਚ ਦੋ ਦਿਨ ਰੱਖਿਆ ਗਿਆ ਤੇ ਉਸਦੇ ਨਾਲ ਕੁਕਰਮ ਕੀਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਤੋਂ ਪੁੱਛਗਿੱਛ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕੁੜੀ ਦੇ ਨਾਬਾਲਗ ਹੋਣ ਕਾਰਨ ਮਾਮਲੇ ਵਿੱਚ ਬਾਕਸੋ ਐਕਟ ਲਾਇਆ ਗਿਆ ਹੈ ਇਤਫਾਕ ਦੀ ਗੱਲ ਹੈ ਕਿ ਯੂਕਰੇਨ ਤੇ ਰੂਸ ਦੋਵੇਂ ਮੁਲਕ ਜਿਹੜੇ ਆਪਸ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੜ ਝਗੜ ਰਹੇ ਨੇ ਯੁੱਧ ਚੱਲ ਰਿਹਾ ਹੈ ਦੋਵਾਂ ਮੁਲਕਾਂ ਦੇ ਰਾਸ਼ਟਰਪਤੀਆਂ ਤੇ ਮੁਸੀਬਤ ਇੱਕੇ ਦਿਨ ਆ ਪਈ ਹੈ ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀ ਜ਼ੇਲੈਂਸਕੀ ਦੀ ਕਾਰ ਟੜਕੇ-ਟੜਕੇ ਕਿਸੇ ਵਾਹਨ ਦੇ ਨਾਲ ਉਦੋਂ ਟਕਰਾ ਗਈ ਜਦੋਂ ਯੁੱਧ ਖੇਤਰ ਦਾ ਦੌਰਾ ਕਰਕੇ ਰਾਜਧਾਨੀ ਕੀਵ ਨੂੰ ਵਾਪਸ ਜਾ ਰਹੇ ਸੀ ਹਾਲਾਂਕਿ ਹਾਦਸੇ ਦੇ ਵਿੱਚ ਉਨ੍ਹਾਂ ਦਾ ਬਚਾਅ ਹੋ ਗਿਆ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਹੈ ਜ਼ੇਲੈਂਸਕੀ ਦੇ ਬੁਲਾਰੇ ਨੇ ਕਿਹਾ ਕਿ ਜ਼ੇਲੈਂਸਕੀ ਖਾਰਕੀਵ ਖੇਤਰ ਤੋਂ ਕੀ ਵਾਪਸ ਜਾ ਰਹੇ ਸਨ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਵੀ ਦਿੱਤੀ ਗਈ ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸੇ ਤਰ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਕਤਲ ਦੇ ਲਈ ਉਹਨਾਂ ਦੀ ਲਿਮੋਜ਼ਿਨ ਤੇ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਦੋਨਾਂ ਦੇ ਨਾਲ ਇੱਕੋ ਵਕਤ ਇੱਕੋ ਜਿਹੇ ਹਾਦਸੇ ਵਾਪਰਦੇ ਨੇ ਇੱਕ ਰਾਸ਼ਟਰਪਤੀ ਦੀ ਜਿਹੜੀ ਕਾਰ ਦੀ ਟੱਕਰ ਕਿਸੇ ਵਾਹਨ ਨਾਲ ਹੋ ਜਾਂਦੀ ਹੈ ਦੂਸਰੇ ਦੀ ਕਾਰ ਤੇ ਹਮਲਾ ਕੀਤਾ ਜਾਂਦੀ ਖਬਰ ਮਿਲੀ ਹੈ ਰੂਸੀ ਟੈਲੀਗ੍ਰਾਮ ਚੈਨਲ ਦੀ ਰਿਪੋਰਟ ਦੇ ਮੁਤਾਬਕ ਪੁਤਨ ਦੀ ਲਿਮੋਜ਼ਨ ਦੇ ਖਾਬੇ ਪਈਏ ਨਾਲ ਕੋਈ ਚੀਜ਼ ਟਕਰਾਈ ਜ਼ੋਰਦਾਰ ਧਮਾਕਾ ਹੋਇਆ ਤੇ ਧੂਆ ਉੱਠਿਆ ਇਸ ਦੇ ਬਾਵਜੂਦ ਕਹਿੰਦੇ ਰਾਸ਼ਟਰਪਤੀ ਸੁਰੱਖਿਅਤ ਨੇ ਚੈਨਲ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਦੇ ਅੰਗ ਰਖਿਅਕ ਸੇਵਾ ਦੇ ਮੁਖੀ ਅਤੇ ਕਈ ਹੋਰ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕਈ ਵਿਅਕਤੀ ਹਿਰਾਸਤ ਵਿੱਚ ਲਏ ਗਏ ਨੇ ਸ਼ਾਇਦ ਸਰਕਾਰ ਨੂੰ ਖਦਸ਼ਾ ਹੈ ਕਿ ਰਾਸ਼ਟਰਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰੌਫ ਦਾ ਲਾਹੌਰ ਦੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ 66 ਸਾਲਾਂ ਦੀ ਉਮਰ ਸੀ। ਰੌਫ ਨੇ 2000 ਦੇ ਵਿੱਚ ਅੰਪਾਇਰ ਦੇ ਤੌਰ ਤੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 64 ਟੈਸਟ ਮੈਚਾਂ ਦੇ ਵਿੱਚ ਉਹਨਾਂ ਨੇ ਅੰਪਾਇਰਿੰਗ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ 139 ਇੱਕ ਦਿਨਾ ਅਤੇ 28 T20 ਕੌਮਾਂਤਰੀ ਮੈਚਾਂ ਦੇ ਵਿੱਚ ਵੀ ਅੰਪਾਇਰਿੰਗ ਕੀਤੀ। 2000 ਸਾਲ ਦੇ ਦਹਾਕੇ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਅੰਪਾਇਰਾਂ ਦੇ ਵਿੱਚੋਂ ਰੌਫ ਇੱਕ ਸਨ। ਰੌਫ ਨੂੰ ਲੰਗੇ ਦਿਨ ਲਾਹੌਰ ਵਿਚ ਆਪਣੀ ਦੁਕਾਨ ਤੋਂ ਪਰਤਨ ਤੋਂ ਬਾਅਦ ਦਿਲ ਦਾ ਦੌਰਾ ਪਿਆ ਅੰਪਾਇਰਿੰਗ ਛੱਡਣ ਤੋਂ ਬਾਅਦ ਉਹਨਾਂ ਨੇ ਲਾਹੌਰ ਦੇ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਸੀ